ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ 2 ਸਾਲ ਪਹਿਲਾਂ ਇਹ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਦੇ ਵਿੱਚ ਗਿਆ ਸੀ ਅਤੇ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਅਤੇ ਹੁਣ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਿਹਾ ਸੀ ਅਤੇ ਜਿਸ ਸਮੇਂ ਇਹ ਕੰਮ 'ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਦੀ ਕਾਰ ਦੀ ਟੱਕਰ ਇੱਕ ਸਾਹਮਣੇ ਤੋਂ ਆ ਰਹੇ ਵੱਡੇ ਟਰਾਲੇ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਇਹ ਨੌਜਵਾਨ ਕਾਫ਼ੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਫਿਰ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਬੀਤੀ ਸ਼ਾਮ ਨੂੰ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਦਮ ਤੋੜ ਗਿਆ। ਤਾਂ ਦੱਸ ਦਈਏ ਕਿ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ। ਤਾਂ ਕੈਨੇਡਾ ਦੇ ਵਿੱਚ ਇਹ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ 2 ਸਾਲ ਪਹਿਲਾਂ ਗਿਆ ਸੀ ਅਤੇ ਸਮਾਣਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ। ਪਿਤਾ ਇਸ ਦੇ PRTC ਦੇ ਵਿੱਚ ਨੌਕਰੀ ਕਰਦੇ ਨੇ। ਮਾਤਾ ਅਤੇ ਪਿਤਾ ਨੇ ਬੜੀ ਖੁਸ਼ੀਆਂ ਦੇ ਨਾਲ ਆਪਣੇ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਵਿਦੇਸ਼ ਦੇ ਵਿੱਚ ਭੇਜਿਆ ਸੀ ਕਿ ਸ਼ਾਇਦ ਵਿਦੇਸ਼ ਦੇ ਵਿੱਚ ਜਾ ਕੇ ਇਹ ਚੰਗੀ ਕਮਾਈ ਕਰੇਗਾ, ਆਪਣਾ ਚੰਗਾ ਭਵਿੱਖ ਬਣਾਵੇਗਾ ਅਤੇ ਉਹਨਾਂ ਦੇ ਵੀ ਦੁੱਖ ਸਾਰੇ ਦੂਰ ਕਰੇਗਾ। ਪਰ ਸਾਰੀਆਂ ਹੀ ਉਮੀਦਾਂ ਦੇ ਉੱਤੇ ਹੁਣ ਪਾਣੀ ਫਿਰ ਗਿਆ। ਪਿਤਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਅਤੇ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਮਾਹੌਲ ਜੋ ਹੈ ਕਾਫ਼ੀ ਜ਼ਿਆਦਾ ਗਮਗੀਨ ਹੋ ਗਿਆ। ਤਾਂ ਦੱਸ ਦਈਏ ਕਿ ਸਮਾਣਾ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਜੋ ਕਿ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਗਿਆ ਸੀ ਅਤੇ ਸਵੇਰੇ ਜਦੋਂ ਇਹ ਕੰਮ 'ਤੇ ਜਾ ਰਿਹਾ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਸਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਹੁਣ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਦੀ ਜੋ ਮ੍ਰਿਤਕ ਦੇਹ ਹੈ ਉਹ ਜਲਦ ਤੋਂ ਜਲਦ ਵਤਨ ਵਾਪਸ ਲਿਆਂਦੀ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਬੇਟੇ ਨੇ ਪਲੱਸ 2 ਕਰੀ ਸੀਗੀ ਜੀ ਨੌਨ ਮੈਡੀਕਲ ਤੋਂ। 4 ਕਿੱਲੇ ਜ਼ਮੀਨ ਹੈ ਜੀ। ਤੁਸੀਂ ਜੋਬ ਕਰਦੇ ਹੋ? ਹਾਂਜੀ, PRTC ਜੋਬ ਕਰਦਾ ਜੀ। ਤੁਹਾਡੀ ਗੱਲ ਹੁੰਦੀ ਹੁਣੇ, ਮਤਲਬ ਬੱਚੇ ਨਾਲ ਰੋਜ਼ ਕੀ ਕਹਿੰਦਾ ਸੀ ਬੇਟਾ? ਬਹੁਤ ਕੁਛ ਸੀਗਾ ਜੀ, ਵਧੀਆ ਸੀਗਾ ਸਿਸਟਮ, ਪੜ੍ਹਾਈ ਹੋ ਗਈ ਸੀ ਪੂਰੀ, ਵਰਕ ਪਰਮਿਟ ਮਿਲ ਗਿਆ ਸੀ, ਜੋਬ ਮਿਲ ਗਈ ਸੀ, ਵਧੀਆ ਸੈੱਟ ਸੀਗਾ ਜੀ, ਖੁਸ਼ ਸੀਗਾ ਬੱਚਾ ਪੂਰਾ। ਤੇ ਕਿਸ ਤਰ੍ਹਾਂ ਹਾਦਸਾ ਹੋਇਆ ਪਤਾ ਲੱਗਿਆ? ਬਸ ਕੰਮ 'ਤੇ ਜਾ ਰਿਹਾ ਸੀਗਾ ਜੀ, ਅੱਗੇ ਕੁਛ ਸਮਝ ਨਹੀਂ ਆਈ, ਟਰਾਲੇ ਨਾਲ ਟੱਕਰ ਹੋਈ ਹੈ। ਇਹ ਕਾਰ 'ਚ ਸੀ? ਕਾਰ 'ਚ ਸੀ? ਕਾਰ 'ਚ? ਇਹ ਕਾਰ 'ਤੇ ਸੀਗਾ ਜੀ। ਇਹਦੇ ਨਾਲ ਹੋਰ ਵੀ ਕੋਈ ਸਾਥੀ ਤੇ ਇਕੱਲੇ ਹੀ ਜਾ ਰਿਹਾ ਸੀ? ਇਕੱਲੇ ਹੀ ਆਪਦੇ ਕੰਮ 'ਤੇ ਜਾ ਰਿਹਾ ਸੀਗਾ। ਆਪ ਚਲਾ ਰਿਹਾ ਸੀ ਗੱਡੀ? ਹਾਂਜੀ, ਰੋਜ਼ ਹੀ ਜਾਂਦਾ ਸੀਗਾ ਜੀ, ਕਿਹੜਾ ਜੇ ਨਵੀਂ ਪਹਿਲੀ ਵਾਰੀ ਗਿਆ। ਕਿਹੜੇ ਸ਼ਹਿਰ 'ਚ ਰਹਿ ਰਹੇ ਸੀ ਕੈਨੇਡਾ ਦੇ? ਇਹ ਕਿਚਨਰ 'ਚ ਸੀਗਾ ਜੀ। ਕਿਚਨਰ 'ਚ? ਅਤੇ ਹੁਣ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਜਲਦੀ ਇੱਥੇ ਉਸਦੀ ਡੈਡ ਬੋਡੀ ਆਵੇ? ਅਤੇ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ ਜੀ, ਜਿੰਨੀ ਜਲਦੀ ਆ ਜੇ। ਸਰਪੰਚ ਸਾਹਿਬ, ਜਿਸ ਤਰ੍ਹਾਂ ਬੱਚੇ ਜਾ ਰਹੇ ਆ ਅੱਜ ਪਾਣਾ ਵਰਤਿਆ, ਜਿਸ ਤਰ੍ਹਾਂ ਕਿਹਾ, ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਦੇਣਾ ਚਾਹੀਦਾ, ਜੋਬ ਵਗੈਰਾ, ਰੁਜ਼ਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ। ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ, ਮਜ਼ਬੂਰੀ ਬਸ ਬੱਚੇ ਜਾਂਦੇ ਨੇ ਜੀ, ਨਹੀਂ ਕੋਈ ਜਾਣ ਨੂੰ ਕਿਸੇ ਦਾ ਨਹੀਂ ਕਰਦਾ ਹੈਗਾ। ਜੇ ਸਰਕਾਰ ਇੱਥੇ ਰੁਜ਼ਗਾਰ ਦੇਣ, ਕਿਉਂ ਬੱਚੇ ਬਾਹਰ ਜਾਣ? ਤਾਂ ਸਰਕਾਰ ਨੂੰ ਇਹੀ ਅਪੀਲ ਹੈ ਵੀ ਇੱਥੇ ਬੱਚਿਆਂ ਨੂੰ ਰੁਜ਼ਗਾਰ ਦੇਣ ਜੀ। ਹਾਂ, ਕੀ ਨਾਮ ਆਪ ਜੀ ਦਾ? ਕੀ ਨਾਮ ਤੁਹਾਡਾ? ਕਰਨੈਲ ਸਿੰਘ। ਹਾਂ, ਜਿਹੜਾ ਤੁਹਾਡਾ ਦੋਤਰਾ ਸੀ ਗਿਆ ਕੈਨੇਡਾ, ਕੀ ਤੁਸੀਂ ਕਿੰਨੇ ਚਾਵਾਂ ਨਾਲ ਭੇਜਿਆ ਸੀ? ਇਹ ਤਾਂ ਉਦੋਂ ਬੜੇ ਚਾਵਾਂ ਨਾਲ ਹੀ ਗਿਆ ਸੀਗਾ, ਇੱਥੇ ਕੰਮ ਕਾਰ ਇੰਨਾ ਕੋਈ ਮਿਲਦਾ ਨਹੀਂ, ਫਿਰ ਬਾਹਰ ਚਲੋ ਐਸੀ ਕੋਈ ਆਪਦਾ ਰੁਜ਼ਗਾਰ 'ਤੇ ਲੱਗ। ਅੱਜ ਉਹਨੇ ਪੜ੍ਹਾਈ ਕੀਤੀ, ਪੜ੍ਹਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ,
ਵਧੀਆ ਜੋਬ ਸੀ ਉਹਦੀ, ਹੁਣ ਬਹੁਤ ਵਧੀਆ ਕੰਮ ਕਰਦਾ ਸੀ, ਮਿਲਣਸਾਰ ਸੀਗਾ, ਮਿੱਠਾ ਬਸ। ਕਿੰਨੇ ਦੋ ਤੁਹਾਡੇ ਦੋਤਰੇ ਕਿੰਨੇ? ਇੱਕੋ ਹੀ ਸੀਗਾ, ਇੱਕੋ ਹੀ ਬੱਚਾ ਸੀ, ਇੱਕੋ ਹੀ ਬੱਚਾ ਸੀ, ਦੋ ਧੀ ਹੈ ਤੇ ਇੱਕ ਵੱਡੀ ਛੋਟੀ ਹੈ। ਉਹ ਵੱਡੀ ਸੀ। ਅੱਛਾ, ਉਹ ਵਿਆਹ ਤੀ? ਨਹੀਂ ਅਜੇ, ਅਜੇ। ਅੱਛਾ, ਹਾਂ ਇਹ ਪੜ੍ਹਾਈ ਕਰ ਰਹੀ, ਕੁਛ ਰਹਿੰਦੀ ਹੋਈ ਪੂਰੀ ਹੋਣ ਵਾਲੀ, ਕੋਰਸ ਜਾਂ ਕਰ ਰਹੀ।